ਕੋਰੋਨਾ ਵਾਇਰਸ ਜੋ ਕਿ ਕਾਫੀ ਦੇਸ਼ਾਂ ਵਿੱਚ ਫੈਲ ਚੁੱਕਿਆ ਤੇ ਉਸ ਦੀ ਰੋਕਥਾਮ ਵਾਸਤੇ ਵੱਡੇ ਫੈਸਲੇ ਜਿਹੜੇ ਸਰਕਾਰਾਂ ਵੱਲੋਂ ਲਏ ਜਾ ਰਹੇ ਨੇ ਤੇ ਮੈਂ ਤਾਂ ਦੱਸਦਾ ਵੀ ਜਿਹੜਾ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਗੁਰਦਾਸਪੁਰ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਮੁਕੰਮਲ ਸ਼ਹਿਰ ਵਾ ਬੰਦ ਕੀਤਾ ਗਿਆ ਤੇ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਇੱਥੇ ਜਿਹੜਾ ਬੰਦ ਕਰਵਾ ਰਹੇ ਨੇ ਤੇ ਲੋਕਾਂ ਦੇ ਉੱਪਰ ਧਿਆਨ ਰੱਖ ਰਹੇ ਨੇ ਵੀ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲ ਰਹੇ ਕਿ ਨਹੀਂ ਨਿਕਲੇ। ਮੈਂ ਤੁਹਾਨੂੰ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਜਵਾਨ ਨੇ ਪੰਜਾਬ ਪੁਲਿਸ ਦੇ ਉਹ ਇੱਥੇ ਲੱਗੇ ਹੋਏ ਨੇ ਵੱਡੇ ਅਧਿਕਾਰੀ ਜਿਹੜੇ ਨੇ ਉੱਥੇ ਲੱਗੇ ਹੋਏ ਨੇ ਉਹ ਜਿਹੜੇ ਮੁਕੰਮਲ ਤੌਰ ਤੇ ਬੰਦ ਕਰਵਾ ਰਹੇ ਨੇ ਸ਼ਹਿਰ ਦੇ ਵਿੱਚ ਰੌਂਡ ਕਰ ਰਹੇ ਨੇ ਰੌਂਡ ਕਰਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਜਿਹੜਾ ਵਾ ਬੰਦ ਦਾ ਸਾਥ ਦੇਣ ਤੇ ਆਪਣੇ ਘਰਾਂ ਚੋਂ ਨਾਲ ਨਿਕਲਣ। ਮੇਰੇ ਨਾਲ ਇੱਥੇ ਐਸ ਐਚ ਓ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਬੰਦ ਕੀਤਾ ਗਿਆ ਲੋਕ ਕਿਦਾਂ ਸਮਰਥਨ ਦੇ ਰਹੇ ਨੇ ਤੇ ਜਿਹੜੇ ਲੋਕ ਘਰਾਂ ਚੋਂ ਹਜੇ ਵੀ ਨਿਕਲ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਕੀ ਕੁਝ ਕਿਹਾ ਜਾ ਰਿਹਾ ਵਾ ਤੁਸੀਂ ਤਸਵੀਰਾਂ ਨਾਲ ਵੇਖ ਸਕਦੇ ਹੋ ਕਿ ਜਿਹੜੇ ਲੋਕ ਆ ਰਹੇ ਨੇ ਜਿਹੜੇ ਹਜੇ ਵੀ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਮਝਾਇਆ ਜਾ ਰਿਹਾ ਵੀ ਉਹ ਘਰਾਂ ਤੋਂ ਬਾਹਰ ਨਾ ਨਿਕਲਣ। ਮੇਰੇ ਨਾਲ ਐਸ ਐਚ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਜਿਹੜਾ ਬੰਦ ਕੀਤਾ ਗਿਆ ਵਾ ਜਿਹੜਾ ਸਮਰਥਨ ਦਿੱਤਾ ਗਿਆ ਕਿਸ ਤਰ੍ਹਾਂ ਮਿਲ ਰਿਹਾ ਉਹਨੂੰ? ਬਿਲਕੁਲ ਜੀ, ਕੁਛ ਲੋਕ ਆ ਜਿਹੜੇ ਆ ਉਹ ਇੰਨੀ ਗੱਲ ਨਹੀਂ ਸਮਝ ਰਹੇ, ਬਾਕੀ ਤਕਰੀਬਨ ਸਾਰੇ ਸ਼ਹਿਰ ਵੱਲੋਂ ਬਹੁਤ ਵਧੀਆ ਸਮਰਥਨ ਦਿੱਤਾ ਜਾ ਰਿਹਾ। ਪਰ ਅਸੀਂ ਜੋ ਡੀਸੀ ਸਾਹਿਬ ਦਾ ਹੁਕਮ, ਸੀਐਮ ਸਾਹਿਬ ਦਾ, ਪੀਐਮ ਸਾਹਿਬ ਦਾ ਹੁਕਮ ਆ, ਉਹਦੀ ਪੂਰੀ ਸਖਤੀ ਨਾਲ ਪਾਲਣਾ ਕਰਾ ਰਹੇ ਹਾਂ ਜੀ। ਤੁਸੀਂ ਵੇਖ ਹੀ ਰਹੇ ਹੋ ਅਸੀਂ ਕੋਈ ਦੁਕਾਨ ਨਹੀਂ ਖੋਲ੍ਹਣ ਦਿੱਤੀ ਅੱਜ। ਜੇ ਕੋਈ ਮਤਲਬ ਲੋਕ ਨਿਕਲਦਾ ਵੀ ਉਹਨਾਂ ਨੂੰ ਕੀ ਅਪੀਲ ਕੀਤੀ ਜਾਂਦੀ ਲੋਕਾਂ ਨੂੰ? ਬਿਲਕੁਲ ਉਹਨਾਂ ਨੂੰ ਪਿਆਰ ਨਾਲ ਇਹੋ ਕਿਹਾ ਜਾ ਰਿਹਾ ਵੀ ਬਿਲਕੁਲ ਨਿਕਲ ਨਹੀਂ ਦੇਣਾ, ਅਗਰ ਫਿਰ ਵੀ ਨਹੀਂ ਕੋਈ ਮੰਨਦਾ ਤਾਂ ਉਹਦੇ ਖਿਲਾਫ਼ ਕਾਨੂ੨ੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਵੇਖਿਆ ਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਦਾ ਕਹਿਣਾ ਕਿ ਉਹ ਰੌਂਡ ਕਰ ਰਹੇ ਨੇ ਸ਼ਹਿਰ ਸ਼ਹਿਰ ਵਿੱਚ ਜਾ ਕੇ ਬਾਜ਼ਾਰਾਂ ਦੇ ਵਿੱਚ ਰੌਂਡ ਕਰ ਰਹੇ, ਜੇ ਕੋਈ ਲੋਕ ਬਾਹਰ ਨਿਕਲਦੇ ਵੀ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਵਾ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਇਸ ਜਿਹੜਾ ਕਰਫਿਊ ਆ ਜਨਤਾ ਕਰਫਿਊ ਆ ਉਹਦਾ ਸਮਰਥਨ ਜਿਹੜਾ ਵਾ ਉਹ ਕਰਨ। ਕੈਮਰਾ ਪਰਸਨ ਸਤਵਿੰਦਰ ਸਿੰਘ ਦੇ ਨਾਲ ਅਵਤਾਰ ਸਿੰਘ, ਦੈਨਿਕ ਸਵੇਰਾ ਟੀਵੀ, ਗੁਰਦਾਸਪੁਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।